ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਮੈਨੂੰ ਛੁੱਟੀ ਸੀ ਆਪਣੇ ਕੰਮ ਤੋਂ, ਅਤੇ ਮੈਂ ਗੁਰਦੁਆਰਾ ਸਾਹਿਬ ਗ੍ਰੇਟਰ ਮੌਂਟਰੀਅਲ ਵਿਖੇ ਆਇਆ। ਇੱਥੇ ਅੱਜ ਪੰਜਾਬੀ ਦੀ ਕਲਾਸ ਲੱਗੀ ਸੀ ਛੋਟੇ ਬੱਚਿਆਂ ਦੀ। ਇਹ ਦੇਖੋ ਆਪਣੇ ਸਾਡੇ ਸਿੱਖ ਫੈਮਿਲੀਜ਼ ਦੇ ਕਿੰਨੇ ਛੋਟੇ ਬੱਚੇ ਨੇ ਜਿਹੜੇ ਆਪਣੇ ਇੱਥੇ ਪੰਜਾਬੀ ਦੀ ਕਲਾਸ ਅਟੈਂਡ ਕਰਨ ਆਏ ਸਨ। ਔਰ ਇਹ ਦੇਖੋ ਸਾਰੇ ਬੱਚੇ ਆਪਣੇ ਸਿੱਖੀ ਸਰੂਪ ਦੇ ਵਿੱਚ ਹਨ, ਜੋ ਇੱਥੇ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਔਰ ਗੁਰੂ ਘਰ ਦਰਸ਼ਨ ਕਰਨ ਆਉਂਦੇ ਨੇ ਔਰ ਸੇਵਾ ਵੀ ਕਰਦੇ ਨੇ। ਇਹ ਦੇਖੋ ਨਿੱਕੇ ਬੱਚੇ ਨੇ ਦਸਤਾਰ ਸਜਾਈ ਹੋਈ ਹੈ ਔਰ ਇਹ ਦੇਖੋ ਸਾਰੇ ਬੱਚੇ ਪੰਜਾਬੀ ਦੀ ਕਲਾਸ ਅਟੈਂਡ ਕਰਨ ਵਾਸਤੇ ਗੁਰਦੁਆਰਾ ਸਾਹਿਬ ਆਏ ਹੋਏ ਨੇ। ਦੇਖੋ ਜਿੰਨੇ ਵੀ ਬੱਚੇ, ਮੈਂ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਵਾਂਗਾ। ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਅੰਦਰ ਹੀ ਕਲਾਸ ਲੱਗਦੀ ਹੈ। ਸਾਰੇ ਬੱਚੇ ਦੇਖੋ ਇੱਥੇ ਪੰਜਾਬੀ ਪੜ੍ਹਨ ਵਾਸਤੇ ਆਏ ਹੋਏ ਨੇ। ਦੇਖੋ ਇਹ ਬੱਚੇ, ਸਾਰੇ ਬੱਚੇ ਨੇ ਆਪਣੇ ਸਿੱਖੀ ਸਰੂਪ ਦੇ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਇਹ ਸਾਰੇ ਬੱਚੇ। ਦੇਖੋ ਛੋਟੇ ਛੋਟੇ ਬੱਚੇ ਨੇ ਸਾਰੇ ਜਿਹੜੇ ਇੱਥੇ ਆਏ ਹੋਏ ਨੇ। ਇਹ ਸਾਰਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਥੇ ਕਲਾਸ ਲੱਗਦੀ ਹੈ ਔਰ ਬੱਚਿਆਂ ਨੂੰ ਕੀਰਤਨ ਵੀ ਸਿਖਾਇਆ ਜਾਂਦਾ, ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਮੈਂ ਤੁਹਾਨੂੰ ਅੰਦਰ ਵੀ ਜਾ ਕੇ ਦਿਖਾਵਾਂਗਾ। ਬੱਚੇ ਪੰਜਾਬੀ ਦੀ ਕਲਾਸ ਅਟੈਂਡ ਕਰਕੇ ਬਾਹਰ ਆ ਗਏ ਨੇ, ਹੁਣ ਜਿਹੜੇ ਬੱਚੇ ਕੀਰਤਨ ਸਿੱਖ ਰਹੇ ਨੇ। ਦੇਖੋ ਅਟੈਂਡੈਂਸ ਲੱਗ ਰਹੀ ਹੈ ਇੱਥੇ ਬੱਚਿਆਂ ਦੀ, ਮਾਤਾ ਜੀ ਅਟੈਂਡੈਂਸ ਲਗਾਉਂਦੇ ਪਏ ਨੇ ਸਾਰੇ ਬੱਚਿਆਂ ਦੀ। ਸਭ ਸਿੱਖੀ ਸਰੂਪ ਦੇ ਵਿੱਚ ਹਨ ਬੱਚੇ ਇੱਥੇ, ਸਭ ਚੜ੍ਹਦੀ ਕਲਾ ਵਿੱਚ ਹਨ। ਇਹ ਦੇਖੋ ਬੱਚੀਆਂ ਵੀ ਹਨ ਜਿਹੜੀਆਂ ਪੰਜਾਬੀ ਦੀ ਕਲਾਸ ਅਟੈਂਡ ਕਰਨ ਆਈਆਂ ਹਨ। ਅੰਦਰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰੋ ਤੁਸੀਂ। ਇਹ ਦੇਖੋ ਬੱਚੇ ਪੰਜਾਬੀ ਕੀਰਤਨ ਵੀ ਸਿੱਖ ਰਹੇ ਨੇ, ਕੋਈ ਜੋੜੀ ਵਜਾ ਰਿਹਾ, ਕੋਈ ਤਬਲਾ ਵਜਾ ਰਿਹਾ। ਇਹ ਭਾਈ ਸਾਹਿਬ ਸਿਖਾ ਰਹੇ ਨੇ ਉਹਨਾਂ ਬੱਚਿਆਂ ਨੂੰ। ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰੋ ਤੁਸੀਂ, ਮਹਾਰਾਜ ਦਾ ਪ੍ਰਕਾਸ਼ ਹੋਇਆ। ਮਹਾਰਾਜ ਦੇ ਦਰਸ਼ਨ ਵੀ ਕਰ ਲਓ। ਮੈਂ ਵੀ ਮੱਥਾ ਟੇਕ ਰਿਹਾ ਮਹਾਰਾਜ ਜੀ ਨੂੰ, ਮੱਥਾ ਟੇਕ ਕੇ ਅਰਦਾਸ ਬੇਨਤੀ ਵੀ ਕਰ ਰਿਹਾ ਕਿ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਗੁਰੂ ਮਹਾਰਾਜ ਜੀ। ਇਹ ਸਾਡੇ ਹੈੱਡ ਗ੍ਰੰਥੀ ਸਾਹਿਬ ਬੈਠੇ ਹੋਏ ਨੇ, ਗੁਰੂ ਮਹਾਰਾਜ ਦੇ ਵਜ਼ੀਰ ਹਨ। ਇਹ ਦੇਖੋ ਭਾਈ ਸਾਹਿਬ ਸਿਖਾ ਰਹੇ ਨੇ ਕੀਰਤਨ ਬੱਚਿਆਂ ਨੂੰ। ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ। ਠੀਕ ਹੋ, ਠੀਕ ਠਾਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।